ਦੋਸਤੋ, ਇੱਕ ਇਸ ਹੋਰ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗਿਆ ਮਿਸਰੈਪਰੈਜੈਂਟੇਸ਼ਨ ਦੇ ਬਾਰੇ। ਤੁਸੀਂ ਦੇਖ ਰਹੇ ਹੋ ਰੀਸੈਂਟ ਕੇਸ ਹੈ ਫੈਡਰਲ ਕੋਰਟ ਦੀ ਸੀਲ ਲੱਗੀ ਹੈ ਉੱਪਰ ਓਨਟਾਰੀਓ February 13, 2020 ਇਟਸ ਫੈਕਟ ਵੈਰੀ ਰੀਸੈਂਟ ਜਸਟ ਅਬਾਊਟ ਲਾਸਟ ਵੀਕ ਡੇਟ ਦਿੱਤੀ ਹੋਈ ਹੈ ਅਤੇ ਔਨ ਦਾ ਰਾਈਟ ਹੈਂਡ ਸਾਈਡ ਔਨ ਦਾ ਟੋਪ ਡਾਕਟ ਨੰਬਰ ਦਿੱਤਾ ਹੋਇਆ ਅਤੇ ਇਹਨੂੰ ਲੈ ਕੇ ਕਾਪੀ ਪੇਸਟ ਕਰਕੇ ਤੁਸੀਂ ਵੀ ਸਰਚ ਕਰ ਸਕਦੇ ਹੋ ਗੂਗਲ 'ਤੇ ਐਂਡ ਦੈਨ ਯੂ ਕੈਨ ਰੀਡ ਐਂਡ ਡਾਊਨਲੋਡ ਦ ਕੇਸ ਔਨ ਯੋਰ ਓਨ। ਆਲਰਾਈਟ, ਸੋ ਇਹ ਦੇਖ ਸਕਦੇ ਹੋ ਸਕਰੀਨ ਤੇ ਦਿੱਤਾ ਹੋਇਆ ਨਾਮ ਜਸਮੀਤ ਕੌਰ ਐਂਡ ਮਿਨਿਸਟਰ ਆਫ ਸਿਟੀਜ਼ਨਸ਼ਿਪ ਇਮੀਗ੍ਰੇਸ਼ਨ ਐਪਲੀਕੈਂਟ ਐਂਡ ਰਿਸਪੋਂਡੈਂਟ ਰਿਸਪੋਂਡੈਂਟ ਸਰਕਾਰ ਵੱਲੋਂ ਦੇਖਦੇ ਹਾਂ ਉਹਨਾਂ ਨੇ ਕੀ ਕਹਿਣਾ ਅੱਗੇ ਅਤੇ ਬਿਟਵੀਨ ਜਸਮੀਨ ਕੌਰ ਮਿਨਿਸਟਰ ਆਫ ਇਮੀਗ੍ਰੇਸ਼ਨ। ਸੋ ਇਹਨਾਂ ਨੇ ਐਪਲੀਕੇਸ਼ਨ ਰਿਫਿਊਜ਼ ਹੋਈ ਸੀ, ਇਹਨਾਂ ਨੇ ਫੈਡਰਲ ਕੋਰਟ ਜਾ ਕੇ ਜੁਡੀਸ਼ਲ ਰਿਵਿਊ ਪਾਤਾ ਕਿ ਵੀ ਕਿੱਦਾਂ ਰਿਫਿਊਜ਼ ਹੋਈ ਹੈ, ਥੋੜ੍ਹਾ ਕਲੈਰੀਫਾਈ ਕਰੋ, ਪ੍ਰੋਸੈਸ ਪੂਰਾ ਹੋਇਆ ਕਿ ਨਹੀਂ ਹੋਇਆ। ਐਂਡ ਵੀ ਵਿਲ ਲੁੱਕ ਐਟ ਸਮ ਫੈਕਟਸ ਜਜਮੈਂਟ ਐਂਡ ਰੀਜ਼ਨ ਨੰਬਰ 1 ਤੋਂ ਸ਼ੁਰੂ ਕਰਦੇ ਹਾਂ। ਮਿਸ ਜਸਮੀਨ ਕੌਰ ਸੀਕਸ ਜੇ ਆਰ ਇਨ ਟੂ ਐਪਲੀਕੇਸ਼ਨਸ decisions made by the visa officer, case number dete hue hain, do decision nu leke ye challenge kar rahe hain, ek te TRV refuse ho gaya on the grounds of misrepresentation, te dusra hai ke JR hai ke jede vich work permit na refuse hoya as a member of PNP class in life na wo bhi refuse ho gaya based on the earlier misrepresentation, so do vakh vakh cases hain, so ye dekhde hain ki kuch hai sara. Number 4, the following details are taken from the CTR and the affidavits of applicant filed in support of application for JR. Affidavits filed in support of both applications were sworn, jada halfnama liya hai 2019 April, September and September 27th. The applicant filed another affidavit in support of cause number blah blah blah, sworn on this. The applicant also filed the affidavit of Mr. Harinder Singh Gahir, sworn on August 28, 2019 in support of application for JR and cause number 1393-19. So, ਤਿੰਨ ਤਿੰਨ ਜਿਹੜੇ ਲਾਏ ਇਹਦੇ ਵਿੱਚ ਐਫੀਡੇਵਿਟ ਲੱਗੇ ਹੋਏ ਆ। ਇੱਥੇ ਉਹ ਸ਼ੁਰੂ ਕਰਦੇ ਹਾਂ ਕਹਾਣੀ ਕੀ ਹੈ, ਮਾਜ਼ਰਾ ਕੀ ਹੈ ਸਾਰਾ। ਦ ਐਪਲੀਕੈਂਟ ਨੰਬਰ 5, ਦ ਐਪਲੀਕੈਂਟ ਇਜ਼ ਅ ਸਿਟੀਜ਼ਨ ਆਫ ਇੰਡੀਆ, ਸ਼ੀ ਲਿਵਸ ਇਨ ਦ ਵਿਲੇਜ ਆਫ ਸੁਡਾਨਾ, ਜਲੰਧਰ ਡਿਸਟ੍ਰਿਕਟ ਪੰਜਾਬ। ਡਿਸੰਬਰ 2017 ਨੂੰ ਕੀ ਹੋਇਆ, ਦ ਐਪਲੀਕੈਂਟ ਵਿਜ਼ਿਟਡ ਦ ਆਫਿਸ ਆਫ ਇਮੀਗ੍ਰੇਸ਼ਨ ਕੰਸਲਟੈਂਟ ਜਲੰਧਰ ਟੂ ਡਿਸਕਸ ਐਪਲੀਕੇਸ਼ਨ ਫਾਰ ਵੀਜ਼ਾ ਟੂ ਵਿਜ਼ਿਟ ਕੈਨੇਡਾ। ਸ਼ੀ ਡਿਪੋਜ਼ਡ ਦੈਟ ਸ਼ੀ ਡਿਡ ਨਾਟ ਮੀਟ ਦ ਕੰਸਲਟੈਂਟ, ਕੰਸਲਟੈਂਟ ਨੂੰ ਮਿਲੇ ਬਗੈਰ ਹੀ, ਬਗੈਰ ਕੋਈ ਕੰਟਰੈਕਟ ਜਾਂ ਫੀਸ ਦਿੱਤੇ ਬਗੈਰ ਉਹ ਆ ਗਏ। ਹਾਓ ਐਵਰ ਇਹ ਆਪਣੇ ਡਾਕੂਮੈਂਟਸ ਉੱਥੇ ਹੀ ਛੱਡ ਆਏ ਸਨ ਮੇਰੇ ਖਿਆਲ। ਟੇਕ ਅ ਲੁੱਕ ਐਟ ਸੋ ਡਾਕੂਮੈਂਟਸ ਇਮੀਗ੍ਰੇਸ਼ਨ ਕੰਸਲਟੈਂਟ ਦੇ ਆਫਿਸ ਛੱਡ ਆਏ ਸਾਰੇ, ਇੰਕਲੂਡਿੰਗ ਅ ਕਾਪੀ ਆਫ ਅ ਪਾਸਪੋਰਟ ਬਾਇਓਗ੍ਰਾਫਿਕਲ ਡੇਟਾ, ਅ ਲੈਟਰ ਫਰੋਮ ਇੰਪਲੋਇਰ, ਅ ਕਾਪੀ ਆਫ ਅ ਰੈਜ਼ਮੇ, ਸੈਲਰੀ ਇਨਫੋਰਮੇਸ਼ਨ ਐਂਡ ਲਾਸਟ ਇਨਕਮ ਟੈਕਸ। ਅੱਛਾ, ਇਹਦੇ ਸਾਰੇ ਡਾਕੂਮੈਂਟ ਕਿਉਂ ਛੱਡ ਆਇਆ ਇਮੀਗ੍ਰੇਸ਼ਨ? ਆਈ ਡੋਂਟ ਅੰਡਰਸਟੈਂਡ ਕਿ ਜਾਣ ਕੇ ਜਾਂ ਕਿ ਰਹਿ ਗਿਆ ਗਲਤੀ ਨਾਲ, ਬਟ ਐਨੀਵੇ ਇਮੀਗ੍ਰੇਸ਼ਨ ਕੰਸਲਟੈਂਟ ਕੋਲ ਸਾਰੇ ਡਾਕੂਮੈਂਟਸ ਹਨ। ਸੋ ਉਹਨਾਂ ਨੇ ਅਗਲਾ ਐਫੀਡੇਵਿਟ ਪਾਇਆ ਜਿਹੜਾ April 12, 2019, ਸ਼ੀ ਵਾਜ਼ ਅਨਅਵੇਅਰ ਦੈਟ ਅ TRV ਐਪਲੀਕੇਸ਼ਨ ਹੈਡ ਬੀਨ ਮੇਡ ਅੰਟਿਲ ਸ਼ੀ ਰਿਸੀਵਡ ਰਿਟਨ ਨੋਟੀਫਿਕੇਸ਼ਨ ਦੈਟ ਅ ਵਰਕ ਪਰਮਿਟ ਐਪਲੀਕੇਸ਼ਨ ਹੈਡ ਬੀਨ ਰਿਫਿਊਜ਼ਡ। ਲੱਗਦਾ ਇਸ ਤਰ੍ਹਾਂ ਹੈ ਕਿ ਇਮੀਗ੍ਰੇਸ਼ਨ ਕੰਸਲਟੈਂਟ ਨੇ ਇਹਨਾਂ ਦੇ ਦੱਸੇ ਬਗੈਰ ਕੋਈ TRV ਐਪਲੀਕੇਸ਼ਨ ਪਾਤੀ ਹੈ, ਉਹ ਆਫਕੋਰਸ ਐਪਲੀਕੇਸ਼ਨ ਡੈਫੀਨਟਲੀ ਰਿਫਿਊਜ਼ ਹੋਈ ਹੋਣੀ। ਸੋ ਜਦ ਇਹਨਾਂ ਨੇ ਆਪਣੀ ਵਰਕ ਪਰਮਿਟ ਐਪਲੀਕੇਸ਼ਨ ਕਰਦੇ ਸੀ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਕਿ ਵੀ TRV ਐਪਲੀਕੇਸ਼ਨ ਕੋਈ ਇਹਨਾਂ ਦੇ ਬਿਹਾਫ 'ਚ ਕਰ ਚੁੱਕਿਆ, ਮਤਲਬ ਉਹੀ ਇਮੀਗ੍ਰੇਸ਼ਨ ਕੰਸਲਟੈਂਟ। Number 8, according to CTR, the High Commission of Canada, New Delhi, received the TRV application in the applicant's name on December 22, 2017. The applicant deposed that she was unaware. Pata nahi kine karti thi, the applicant nu pata hi nahi ki bhai application ho rakhi, and she had not obviously submitted the application, nor had she authorized it. According to GCMS, the officer sent a procedural fairness letter on February 6, 2018 via VFS, notifying the applicant of concern that the fraudulent information had been. ਸੋ ਵੀਜ਼ਾ ਅਫਸਰ ਨੇ ਭੇਜਿਆ ਉਹਨਾਂ ਕਿ ਵੀ ਤੁਸੀਂ ਆਪਣੀ ਜਿਹੜੀ ਐਪਲੀਕੇਸ਼ਨ ਆਈ ਹੈ ਇਹਦੇ ਬਾਰੇ ਕੁਛ ਦੱਸੋ ਇਨਫੋਰਮੇਸ਼ਨ, ਇਹ ਜੋ ਵੀ ਕੁਛ ਹੋਏਗੀ ਆਮ ਸ਼ੋਰ ਸਮਥਿੰਗ। ਸੋ ਐਪਲੀਕੇਸ਼ਨ ਨੂੰ ਮਤਲਬ ਕਿ ਕਲੈਰੀਫਾਈ ਕਰਨ ਲਈ ਇਹ ਲੈਟਰ ਭੇਜਦੇ, ਪ੍ਰੋਸੀਜਰ ਫੇਅਰਨੈਸ ਲੈਟਰ, ਲੇਕਿਨ ਲੈਟਰ ਤੇ ਮਿਲਣਾ ਨਹੀਂ ਮਿਲਣਾ, ਆਪਾਂ ਦੇਖਦੇ ਹਾਂ ਕਿ ਉਹਨਾਂ ਨੇ ਐਪਲੀਕੇਸ਼ਨ ਕੀਤੀ ਨਹੀਂ। ਸੋ ਫਿਰ ਦੇਖਦੇ ਹਾਂ ਉਹਦੇ ਬਾਅਦ ਕੀ ਹੋਇਆ। ਇਨ ਐਫੀਡੇਵਿਟ ਸੋਨ September 2019, the applicant deposed that she never received the letter. Oh, actually letter bhi nahi aaya, visa officer da jada letter hai procedure oh bhi nahi aaya. So the application for TRV was refused on May 18, 2018 on the grounds of misrepresentation ho gaya. The applicant deposed that she believed that the letter was not meant for her and returned it to the post office. Eh nahi samjha ki mere khayal unhan eh nahi pata hona ki bhi letter unna liye letter aaya hona shayad, te I think it was sent undelivered back to the post office. On February 2, 2019, the applicant submitted a work permit application as a nominee. Acha, chalo bhai. So, May 2018 nu application TRV refused hui hai. They after about June, July, August, September, October, November, December, January, February. After about 9 months, applicant ne aap hi apni ek work permit application paati as a nominee of BC, P,
PNP program. ਇਹ ਨਹੀਂ ਪਤਾ ਸੀ ਕਿ ਉਹ ਪਹਿਲਾਂ ਰਿਫਿਊਜ਼ ਹੋ ਕੇ ਉਹਨਾਂ ਦਾ ਉਹ ਕਰ ਚੁੱਕੇ ਆ ਮਿਸਰੈਪਰੈਜ਼ੈਂਟੇਸ਼ਨ ਨੂੰ ਪਹਿਲਾਂ ਕਰ ਚੁੱਕੇ ਆ. ਬਾਈ ਲੈਟਰ ਡੇਟਡ ਫੈਬਰੀ 19th ਆਫਟਰ ਅਬਾਊਟ ਜਸਟ 11 ਆਫ 17 ਡੇਜ਼ ਦ ਐਪਲੀਕੈਂਟ ਵਾਸ ਨੋਟੀਫਾਈਡ ਕਿ ਤੁਸੀਂ ਹੁਣ ਐਪਲੀਕੇਸ਼ਨ ਕਰ ਤੁਹਾਨੂੰ ਕਰਨ ਦਾ ਮਤਲਬ ਹੀ ਨਹੀਂ ਕਿਉਂਕਿ ਤੁਸੀਂ ਆਲਰੇਡੀ 5 ਇਅਰਸ ਲਈ ਬਲੌਕ ਹੋ ਫੋਰ ਮਿਸਰੈਪਰੈਜ਼ੈਂਟੇਸ਼ਨ. ਸੋ ਦੈਟ ਵਾਸ ਨੋਟੀਫਾਈਡ ਔਨ ਫੈਬਰੀ 19th. According to applicant's affidavit sworn August 30, 2019, which is about March, April, May, June, July, August, after about 8 months, the basic information including TRV application was incorrect, inconsistent with the work permit application, including names of family members, birthdays, blah, blah, blah. So, Joe application, TRV application, kese consultant on the behalf of the without, of course, letting her know, with the sari information, galsi hai. Work permit, the including names of family members, birthdays, employment history, life insurance, tax return. She further deposed that her signatures on TRV have been falsified and pictures included were public or law. Kese immigration consultant ne chakti information koi social media to nadi photo photo ya jo bhi kuch hai sari information utho karke apni wasted visa file lati piche ki shayad galti nal ho jaye pata nahi shayad unne koi setting honi ke bhai visa lag gaya te fir inne paise nahi the, you know, whatever. So number 14, a solemn declaration was also included in support of TRV application purportedly bearing the name of Harinder Singh Gahir. Achha, was application which ek support letter bhi lagya hua hai from Mr. Harinder Singh Gahir. And Mr. Gahir is the member of Law Society of Ontario. He deposed in his affidavit he had no knowledge of the solemn declaration and he did not sign the document. It's a fraudulent document. Chalo bhai. Ote la ki unhane apna karna shuru kara si bishar visa lag jaye. So the applicant submits her procedure fairness lies with breach where she did not receive the notice. Ethe gal shuru hundi hai. ਇਹ ਸਾਰਾ ਸਾਰਾ ਜੋ ਇਸ ਕੇਸ ਦੀ ਆਤਮਾ ਹੈ ਨਾ ਉਹ ਸਿਰਫ ਇੱਥੇ ਤੱਕ ਖੜੀ ਹੈ ਕਿ ਵੀ ਐਪਲੀਕੈਂਟ ਤਾਂ ਕਹਿ ਰਹੀ ਕਿ ਤੁਸੀਂ ਤੇ ਮੈਨੂੰ ਕਹਿ ਰਹੇ ਹੋ ਕਿ TRV ਐਪਲੀਕੇਸ਼ਨ ਮੇਰੀ ਆਈ ਸੀ ਤੇ ਉਹ ਤੁਸੀਂ ਰਿਫਿਊਜ਼ ਕਰਤਾ ਮੈਨੂੰ ਤੁਸੀਂ ਜਿਹੜਾ ਪ੍ਰੋਸੀਜਰ ਫੇਅਰਨੈਸ ਲੈਟਰ ਭੇਜਿਆ ਉਹ ਤਾਂ ਮੈਨੂੰ ਮਿਲਿਆ ਹੀ ਨਹੀਂ ਤੇ ਜੇਕਰ ਮਿਲਦਾ ਤੇ ਤਾਂ ਸੀ ਤੁਹਾਨੂੰ ਕਲੀਅਰਫਾਈ ਕਰਨਾ ਸੀ ਤੁਸੀਂ ਉਹਨੂੰ ਭੇਜਿਆ ਜ਼ਰੂਰ ਹੈ ਲੇਕਿਨ ਨਾ ਮੈਨੂੰ ਮਿਲਿਆ ਤੇ ਮੈਂ ਉਹਨੂੰ ਜਵਾਬ ਕਿਸ ਤਰ੍ਹਾਂ ਦੇਣਾ ਸੀ ਤੇ ਉਸ ਕਰਕੇ ਯੂ ਨੋ ਜੋ ਵੀ ਤੁਸੀਂ ਮਿਸਰੈਪ ਲਾਇਆ ਡੈਟ ਮੀਨਸ ਦੈਟ ਇਜ਼ ਅ breach of fairness and that's what is the concern. To menu there was no opportunity to respond to this concern. Good. The applicant argues that the officer's refusal of a work permit was unreasonable. Of course, je pehla hi agar misrepresentation te ek sawali nishan lag gaya ki bhai mera misrepresentation banda hi nahi hai fir agli jehdi work permit application jehdi main file kar raha hu oda bhi hun determination jehda tusi kita hai onu fir reject karna chahida kyunki kyunki tada base hi banda jehde misrep wala da. Okay, that's 16. Number 17. Minister ki keh rahe hain, counsel sarkari ke wakil keh rahe hain ki no, there is no breach of procedural fairness in the decision upon TRV application. Officer, you know, of course, unhon ne kehna hi hai. So, agla number 18. Baki unhon ne kuch hawala de rahe hain purane cases da ke jis tarah woh dekhte hain ki bhi in the procedural fairness, jada standard of review ki hai, correctness hai. So, I will skip this. I think don't think you need to know because ਇਹ ਤੁਹਾਨੂੰ ਫਿਰ ਉਸ ਕੇਸ ਨੂੰ ਪੜ੍ਹਨਾ ਪੈਣਾ ਦਿਸ ਕੇਸ ਇਜ਼ ਕਾਲਡ ਕੈਨੇਡਾ ਵਰਸਿਸ ਬੈਵੀਲੋਵ ਇਫ ਯੂ ਵਾਂਟ ਯੂ ਨੋ ਯੂ ਕੈਨ ਗੋ ਐਂਡ ਰੀਡ ਐਂਡ ਗੂਗਲ ਆਈ ਮੀਨ ਇਟਸ ਇਜ਼ ਕੁਆਈਟ ਅ ਲੌਂਗ ਕੇਸ ਤੋਂ ਪਰ ਇਹਦਾ ਹਵਾਲਾ ਰੈਫਰੈਂਸ ਦੇ ਕੇ ਦੱਸ ਰਹੇ ਕੇਸ ਪ੍ਰੈਸੀਡੈਂਟ ਦੇ ਕੇ ਵੀ ਜੋ ਇੱਕ ਪ੍ਰੋਸੀਜਰ ਫੇਅਰਨੈਸ ਵਿੱਚ ਜਿਹੜਾ ਸਟੈਂਡਰਡ ਮੇਨਟੇਨ ਕਰਦੇ ਆ ਉਹ ਸਿਰਫ ਕਰੈਕਟਨੈਸ ਦਾ ਹੈ ਓਕੇ ਸੁਪਰੀਮ ਕੋਰਟ ਦਾ ਕੇ ਸਟੈਂਡਰਡ ਕਰੈਕਟਨੈਸ ਦੈਟਸ ਆਲਸੋ 19 ਆਮ ਗੋ ਸਕਿਪ ਓਵਰ 19 20 ਵੀ ਸਕਿਪ ਕਰ ਦੇਣਾ ਤੇ 21 ਤੇ ਆ ਜਾਂਦੇ ਆ. The applicant's application for JR of the decision raises issue of procedural fairness. The outcome of that application for JR is determinative of second application for JR. That is about the decision, of course. Jagar pehla agar misrep wala application agar decide ho jayega to dusri application the decision of work permit apne aap hi shayad change ho jayega. So of course this is very clear. Number 22, judge da bayan hai. In my opinion, the officer's decision about misrep raises an issue of procedural fairness. That is whether the applicant received the opportunity. And now I will repeat again that the applicant received the opportunity to answer the concerns set out in procedural fairness letter. If the chance didn't get on to reply, that means it will be taken as a breach. Further, line number 23, in my opinion, the applicant did not get that opportunity. There was no affidavit filed by the respondent about how that letter was sent to applicant. Acha apna minister's counsel to bhi koi affidavit dasya nahi unhone ki bhi ha letter assi bheja the kitna bheja hai. That is also weakness in the case.
there's no evidence to contradict the applicant's evidence about when she received the letter. So ona kul kuch is tarah da koi hai nahi. So in the factual circumstances disclosed by the CTR and applicant's affidavit, I am not satisfied that the requirements of procedure were met, and decision about the problem is relatively will be set aside. Ethikam another turn ho gaya case to. ਕਿ ਅਸੀਂ ਮਿਸ ਰਿਪਰੈਜ਼ੈਂਟੇਸ਼ਨ ਨੂੰ ਨਹੀਂ ਮੰਨਦੇ ਕਿਉਂਕਿ ਐਪਲੀਕੈਂਟ ਨੂੰ ਮੌਕਾ ਨਹੀਂ ਮਿਲਿਆ ਉਸ ਚੀਜ਼ ਨੂੰ ਦੱਸਣ ਦੇ ਬਾਰੇ ਸੋ ਦੈਟ ਇਜ਼ ਇਟ ਆਸ ਪ੍ਰੀਟੀ ਸਟ੍ਰੇਟ ਫਾਰਵਰਡ ਕੇਸ ਇਨ ਰਿਜ਼ਲਟ ਦ ਟੂ ਐਪਲੀਕੇਸ਼ਨ ਫੋਰ ਜੇ ਆਰ ਏ ਅਲਾਊਡ ਦੈਟ ਮੀਨਸ ਕਿ ਇਹਨੂੰ ਕੇਸ ਨੂੰ ਦੁਬਾਰਾ ਸੁਣਿਆ ਜਾਏ ਮਿਸ ਰਿਪਰੈਜ਼ੈਂਟੇਸ਼ਨ ਨੂੰ ਆਪਾਂ ਪਾਸੇ ਕਰ ਦਿੰਦੇ ਨੇ ਅਤੇ ਦੇਰ ਸਮਥਿੰਗ ਯੂ ਨੋ ਆਈ ਡੋਂਟ ਥਿੰਕ ਯੂ ਨੀਡ ਟੂ ਨੋ ਅਬਾਊਟ ਦ ਪਾਵਰਸ ਆਫ ਫੈਡਰਲ ਕੋਰਟ 27 number 28, I see no benefit referring back the decision made in office of a TRP application. That decision will be quashed. TKS set aside. Matter will be remitted to different office of a rate of determination. The judge did not find anything about certification. Certification, might we want to read this. Judge kisi applicant, the third party, agar koi without authorization appointment, agar wo kar de application. So, ਉਹ ਮਿਸ ਰਿਪ੍ਰੈਜ਼ੈਂਟੇਸ਼ਨ ਮੰਨਿਆ ਜਾਏਗਾ ਨਹੀਂ ਮੰਨਿਆ ਜਾਏਗਾ ਇਹ ਉਹਨਾਂ ਨੇ ਕਿਹਾ ਸਰਟੀਫਾਈ ਬਟ ਜਸ ਇਜ਼ ਆਮ ਨੋਟ ਗੋਇੰਗ ਟੂ ਸਰਟੀਫਾਈ ਦਿਸ ਬਿਕੋਜ਼ ਦ ਕੇਸ ਇਟਸੈਲਫ ਇਜ਼ ਸੈਲਫ ਐਕਸਪਲੇਨਟੋਰੀ ਵਾਈ ਇਟ ਇਜ਼ ਨੋਟ ਰਿਕੁਆਇਰਡ ਦ ਟੈਸਟ ਫੋਰ ਸਰਟੀਫਿਕੇਸ਼ਨ ਰਿਕੁਆਇਰਸ ਅ ਸੀਰੀਅਸ ਕੁਐਸਚਨ ਦੈਟ ਇਸ਼ੂਸ ਲਾਈਨ 32 ਦਿਸ ਟੈਸਟ ਆਫ ਸਰਟੀਫਿਕੇਸ਼ਨ ਰਿਕੁਆਇਰਸ ਅ ਸੀਰੀਅਸ ਕੁਐਸਚਨ ਦੈਟ ਰੇਜ਼ਸ ਇਸ਼ੂਸ ਆਫ ਬ੍ਰਾਡ ਸਿਗਨੀਫਿਕੈਂਸ ਆਫ ਜਨਰਲ ਇੰਪੋਰਟੈਂਸ ਐਂਡ ਡਿਸਪੋਜ਼ਿਟਿਵ ਆਫ ਐਨ ਅਪੀਲ ਦੈਟਸ ਫਾਈਨ ਨੋ ਗੁੱਡ I agree with the respondent. The case turns to the fact there's no question. This test certification is not done, and the court judgment. This is the final page. The court judgment is the application of JR is allowed, and the decision is quashed. There's no question for certification arising. So it's a bus. This is a pretty recent case actually, and naam deta hua hai Jasbin Kaur versus Minister of Citizenship. This was heard in Vancouver. Judge ne naam bhi thalle deta hua hai, and this was stated on February 13th. This is quite recently, just about last week. And lawyers ne naam bhi dete hue hain, Tasneem Kurbani from the Minister Council, Peter Larley from the applicant, and everything is clear. And this is the case. So, apna is case to ki samjhe? ਕਿ ਅਗਰ ਕਿਸੇ ਕੰਸਲਟੈਂਟ ਨੇ ਤੁਹਾਡੀ ਐਪਲੀਕੇਸ਼ਨ ਕੀਤੀ ਹੋਈ ਹੈ ਤੁਹਾਡੇ ਦੱਸੇ ਬਗੈਰ ਹੈ ਤੁਹਾਡੀ ਆਥੋਰਾਈਜੇਸ਼ਨ ਬਗੈਰ ਐਂਡ ਆਫਕੋਰਸ ਦਿਸ ਇਜ਼ ਰਿਫਿਊਜ਼ਡ ਰਿਫਿਊਜ਼ਲ ਨੂੰ ਐਕਸਪਲੇਨ ਕਰਨ ਜਿਹੜਾ ਬੇਸਿਸ ਹੈ ਉਹ ਹੈ ਮਿਸ ਰਿਪ੍ਰੈਜ਼ੈਂਟੇਸ਼ਨ ਕਿਉਂਕਿ ਗਲਤ ਇਨਫੋਰਮੇਸ਼ਨ ਭਰੀ ਹੈ ਜੇ ਤੁਹਾਨੂੰ ਲੈਟਰ ਹੀ ਨਹੀਂ ਮਿਲਿਆ ਤੁਹਾਨੂੰ ਮੌਕਾ ਹੀ ਨਹੀਂ ਮਿਲਿਆ ਵੀਜ਼ਾ ਆਫਿਸਰ ਨੂੰ ਐਕਸਪਲੇਨ ਕਰਨ ਦਾ ਕਿ ਵੀ ਆ ਭਾਈ ਮੇਰੀ ਐਪਲੀਕੇਸ਼ਨ ਨਹੀਂ ਹੈ ਸੋ ਅਗਰ ਉਸ ਬੇਸ 'ਤੇ ਅਗਰ ਉਹ ਮਿਸ ਰਿਪ੍ਰੈਜ਼ੈਂਟੇਸ਼ਨ ਕਰਦੇ ਹੈ ਸੋ ਦੈਟ ਇਜ਼ ਰੋਂਗ and that is not acceptable legally so eh apan is case to sikhya thank you very much je tade kol bhi apna koi case hai koi barikiyan hai jehdi case law de bare tusi agar je discuss karna chahunde ho te zarur tusi mainu apni email karo apna case tuhanu sahi salah ditti jayegi te purane case nu search karke tuhanu main ik cheez dikhaunga ki us case vich ki hoya te tusi apne case nu dekh lo ke bhi is tarah se cheez tade naal bhi ho sakdi hai So thank you very much and I'll talk to you later for some other case.